ਆਪਣਾ ਪੰਜਾਬ ਮੀਡੀਆ ਹੁਣ ਆਪਣੇ ਸਰੋਤਿਆਂ ਦੇ ਲਈ ਲੈ ਕੇ ਆਇਆ ਆਪਣਾ ਪੰਜਾਬ NRI TV ਐਪ। ਤੁਸੀਂ ਸਾਡਾ ਹਫ਼ਤਾਵਾਰੀ ਅਖ਼ਬਾਰ ਆਪਣਾ ਪੰਜਾਬ ਰੋਜ਼ਾਨਾ ਹੁਣ ਪੜ੍ਹ ਸਕਦੇ ਹੋ ਸਾਡੀ ਵੈਬਸਾਈਟ 'ਤੇ, ਜਿਸ ਦਾ ਨਾਮ ਹੈ ਆਪਣਾ ਪੰਜਾਬ media.com। ਇੱਥੇ ਲੌਗਇਨ ਕਰਕੇ ਤੁਸੀਂ ਸਾਡਾ ਅਖ਼ਬਾਰ ਪੜ੍ਹ ਸਕਦੇ ਹੋ ਅਤੇ ਸਾਡੇ ਨਾਲ TV ਦੇ ਮਾਧਿਅਮ ਨਾਲ ਵੀ ਜੁੜ ਸਕਦੇ ਹੋ। ਅਤੇ ਹੁਣੇ ਲੌਗਇਨ ਕਰੋ ਆਪਣਾ ਪੰਜਾਬ media.com। ਸਤਿ ਸ਼੍ਰੀ ਅਕਾਲ, ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ NRI TV ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਮੁੱਖ ਖਬਰਾਂ ਤੇ ਇੱਕ ਨਜ਼ਰ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹਰਿਆਣਾ ਤੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜੇਗਾ ਅਕਾਲੀ ਦਲ। ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੁਖਪਾਲ ਖਹਿਰਾ ਦਾ ਚੋਣ ਲੜਨ ਦੇ ਕੀਤਾ ਸਵਾਗਤ। ਹੁਣ ਵਿਸਥਾਰ। ਸ੍ਰੀ ਪਟਨਾ ਸਾਹਿਬ ਵਿਖੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀ ਪਟਨਾ ਸਾਹਿਬ ਪੁੱਜ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਪੁੱਜੇ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਇਹ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਇੱਥੇ ਹੋਇਆ। ਇਹ ਜੋ ਬਾਲਾ ਲੀਲਾ ਗੁਰਦੁਆਰਾ ਹੈ, ਇੱਥੇ ਹੀ ਉਹਨਾਂ ਦਾ ਜਨਮ ਹੋਇਆ ਅਤੇ ਇੱਥੇ ਹੀ ਉਹ ਬਚਪਨ ਵਿੱਚ ਖੇਡ ਮੇਲੇ ਕੀਤੇ। ਇੱਥੇ ਆਉਣ ਤੋਂ ਬਾਅਦ ਇੰਨੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ। राज्य सरकार का कर्तव्य है, हमारा ये हमारी ये ड्यूटी है और उसका पालन करते हैं। सर, सुनने में लेकिन जब से यहाँ पर आते तो पहले भी थे, लेकिन प्रकाश पर्व के बाद जिस ढंग से हम लोग यहाँ के कार्यक्रमों में सहयोग करने में शामिल हुए, तो उससे इतनी मन को प्रसन्नता हुई है। ये अंतरात्मा की आवाज़ थी। जो कुछ भी हम लोगों ने किया है वो तो गुरु महाराज की कृपा है, उन्होंने ये अवसर दे दिया, इसलिए हम सब लोगों के लिए बहुत ही गौरव का दिन है और आज के दिन हम सब अपनी श्रद्धा यहाँ। उन्होंने कहा कि सेवादार श्रद्धा भावना नाल श्रद्धालुओं की सेवा कर रहे हैं। हुण श्रद्धालुओं की गिनती बढ़ रही है। बिहार तो जो भी श्रद्धालु आए हैं उन्होंने कोई भी मुश्किल ना आवे, इसलिए सूबा सरकार ने खास प्रबंध किए हैं। प्रकाश पुरब नू लै के असि प्रोग्रामा विच सहयोग करन विच शामिल होए, उस तो साडे मन नू बहुत खुशी मिली है। जो कुछ भी असि कीता ये सब गुरु महाराज की कृपा है कि उन्होंने ये सानू मौका दिता, साडे लई ये माण वाली गल है। और आप जानते हैं यहाँ पर तो 350वें प्रकाश उत्सव की याद में एक प्रकाश पुंज का निर्माण किया जा रहा है जी। तो जो श्रद्धालु हैं उनके लिए तो एक अच्छी जगह होगी, लेकिन सभी लोगों को वो ज्ञान मिलेगा, गुरु ग्रंथ साहब के बारे में ज्ञान मिलेगा, पूरे इतिहास के बारे में ज्ञान मिलेगा। तो ये सब काम हम लोग कर रहे हैं और ऐसा कौन दुनिया में इस तरह से कर सकता है जैसा किया जाता है लंगर के माध्यम से। कितना स्वादिष्ट भोजन और क्या सेवा के साथ और कैसी प्रतिबद्धता है, क्या प्रेम का भाव है, हम तो देखते हैं। बाबा जी के बारे में, बाबा जी के बारे में क्या कहें। बाबा जी के बारे में तो बाबा जी हमको कितना बार यहाँ अवसर दे दिया, इन्होंने मुझको बुलाया पहले भी 3-4 साल पहले, जब एक हिस्सा इनका बना लोगों को सहूलियत हो रहने में, उस समय भी आए, 350वें प्रकाश पर्व के अवसर पर भी आए, हर साल आते हैं शुक्राना समारोह के अवसर पर भी आए, आज भी आने का मौका मिला। मेरी पूरी श्रद्धा आपके प्रति है। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਹੈ ਕਿ ਸਾਡੀ ਪਾਰਟੀ ਹਰਿਆਣਾ ਤੋਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲੜੇਗੀ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਹਰਿਆਣਾ 'ਚ ਅਕਾਲੀ ਦਲ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜੇਗਾ। ਹਾਲਾਂਕਿ ਕਿਹੜੀ ਪਾਰਟੀ ਨਾਲ ਚੋਣ ਮਿਲ ਕੇ ਲੜੀਆਂ ਜਾਣਗੀਆਂ ਇਸ ਤੇ ਉਹਨਾਂ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਫੈਸਲਾ ਲਵੇਗੀ। ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਕਾਲਾਵਾਲੀ ਦੇ ਵਿਧਾਇਕ ਬਕਲੌਰ ਸਿੰਘ ਦੇ ਨਿਵਾਸ ਸਥਾਨ ਤੇ ਆਯੋਜਿਤ ਪ੍ਰੈਸ ਕਾਨਫਰੰਸ ਸੁਖਬੀਰ ਬਾਦਲ ਨੇ ਇਹ ਗੱਲਾਂ ਕਹੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਹਰਿਆਣਾ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਦੀ ਪੂਰੀ ਤਿਆਰੀ 'ਚ ਹੈ। ਉਹਨਾਂ ਕਿਹਾ ਕਿ ਚੋਣਾਂ ਸੰਬੰਧੀ ਵਰਕਰਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਹਨ। ਬਾਦਲਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਾਲਾਵਾਲੀ ਇਲਾਕੇ ਨਾਲ ਗੂੜਾ ਸੰਬੰਧ ਹੈ। ਇਸ ਇਲਾਕੇ ਦੇ ਕਾਫੀ ਲੋਕਾਂ ਨੇ ਐਮਰਜੈਂਸੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੇਲ ਕੱਟੀ ਹੈ। ਇਸ ਇਲਾਕੇ ਦੇ ਲੋਕਾਂ ਦੇ ਕਹਿਣ ਤੇ ਹੀ ਅਕਾਲੀ ਦਲ ਨੇ ਇੱਥੇ ਚੋਣ ਲੜੀ ਸੀ ਅਤੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਵੀ ਹਾਸਲ ਕੀਤੀ ਸੀ।
ਸੀ ਪਰ ਦੋਵਾਂ ਵਾਰ ਹੀ ਸਹਿਯੋਗੀ ਪਾਰਟੀ ਦੀ ਸਰਕਾਰ ਨਹੀਂ ਬਣੀ ਅਤੇ ਵਿਧਾਇਕ ਨੂੰ ਵਿਰੋਧੀ ਧਿਰ ਚ ਬੈਠਣਾ ਪਿਆ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਜੇਕਰ ਸੁਖਪਾਲ ਖਹਿਰਾ ਉਹਨਾਂ ਦੇ ਖਿਲਾਫ ਬਠਿੰਡਾ ਤੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਉਹ ਉਹਨਾਂ ਦਾ ਸਵਾਗਤ ਕਰਦੇ ਹਨ। ਇਸੇ ਦੇ ਨਾਲ ਹੀ ਉਹਨਾਂ ਨੇ ਇੱਕ ਵਾਰੀ ਫਿਰ ਤੋਂ ਸੁਖਪਾਲ ਖਹਿਰਾ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੱਤਾ। ਕੇਂਦਰੀ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤ ਤੇ ਖਹਿਰਾ ਦਾ ਸਵਾਗਤ ਕਰਦੇ ਹੋਏ ਕਾਂਗਰਸ ਦੀ ਬੀ ਟੀਮ ਦੱਸਿਆ। ਸੁਖਪਾਲ ਖਹਿਰਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤ ਬਾਰੇ ਬੀਬੀ ਬਾਦਲ ਨੇ ਕਿਹਾ ਕਿ ਖਹਿਰਾ ਪੁਰਾਣਾ ਕਾਂਗਰਸੀ ਹੈ, ਪਹਿਲਾਂ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾਲ ਖਹਿਰਾ ਦੀ ਸਾਂਝ ਸਪਸ਼ਟ ਹੋ ਚੁੱਕੀ ਹੈ ਅਤੇ ਹੁਣ ਉਹ ਬਠਿੰਡਾ ਤੋਂ ਚੋਣ ਲੜਨ ਦੇ ਸੰਕੇਤ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਿਹਾ ਹੈ ਪਰ ਫਿਰ ਵੀ ਉਹ ਬਠਿੰਡਾ ਤੋਂ ਚੋਣ ਲੜਨ ਦੇ ਚਾਹਵਾਨ ਖਹਿਰਾ ਦਾ ਸਵਾਗਤ ਕਰ ਰਹੇ ਨੇ। ਸੁਖਪਾਲ ਖਹਿਰਾ ਵੱਲੋਂ ਬਠਿੰਡਾ ਸੀਟ ਤੋਂ ਲੋਕ ਸਭਾ ਚੋਣ ਲੜਨ ਦੇ ਸੰਕੇਤ ਤੇ ਟਿੱਪਣੀ ਕਰਦੇ ਹੋਏ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਦਮੀ ਆਪਣਾ ਹਲਕਾ ਛੱਡ ਕੇ ਦੂਜੇ ਹਲਕੇ ਚੋਣ ਲੜਦਾ ਹੈ, ਉਸ ਦੀ ਕੀ ਮਜਬੂਰੀ ਹੋ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਫਿਰ ਨਸ਼ਾ ਸਮਗਲਰ ਦੱਸਣ ਦੇ ਸਵਾਲ ਤੇ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਜਿਸਨੇ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਦੇ ਵਿਰੁੱਧ ਵਿਰੋਧੀ ਧਿਰ ਵਿੱਚ ਆਮ ਆਦਮੀ ਪਾਰਟੀ ਹੈ, ਫਿਰ ਅੜਚਨ ਕੀ ਹੈ ਤੇ ਜੇਕਰ ਅਕਾਲੀ ਦਲ ਦਾ ਕੋਈ ਆਗੂ ਨਸ਼ਾ ਸਮਗਲਰਾਂ ਵਿੱਚ ਸ਼ਾਮਿਲ ਹੈ ਤਾਂ ਫੜ ਕੇ ਅੰਦਰ ਕਿਉਂ ਨਹੀਂ ਸੁੱਟਦੇ। ਉਹਨਾਂ ਕਿਹਾ ਕਿ ਕੇਜਰੀਵਾਲ ਸਿਰਫ ਸਿਆਸੀ ਰੋਟੀਆਂ ਸੇਕਦੇ ਹਨ ਅਤੇ ਲੋੜ ਪੈਣ ਤੇ ਫਿਰ ਮਾਫੀ ਮੰਗ ਲੈਂਦੇ ਨੇ। ਫਿਲਹਾਲ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਦੇ ਉਸ ਪਾਰ ਵੀ ਖਬਰਾਂ ਜਾਰੀ ਰਹਿਣਗੀਆਂ। ਆਪਣਾ ਪੰਜਾਬ ਮੀਡੀਆ ਹੁਣ ਆਪਣੇ ਸਰੋਤਿਆਂ ਦੇ ਲਈ ਲੈ ਕੇ ਆਇਆ ਆਪਣਾ ਪੰਜਾਬ NRI TV ਐਪ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰੋ, ਜਿੱਥੇ ਤੁਸੀਂ 24 ਘੰਟੇ ਕਿਸੇ ਵਕਤ ਵੀ ਦੁਨੀਆ 'ਚ ਹੁੰਦੀ ਹਰ ਹਲਚਲ ਦੀ ਖਬਰ ਲੈ ਸਕਦੇ ਹੋ। ਇਸੇ ਦੇ ਨਾਲ ਹੀ ਆਪਣਾ ਪੰਜਾਬ media.com ਜਿੱਥੇ ਤੁਸੀਂ ਸਾਡਾ ਈ-ਪੇਪਰ ਕਦੇ ਵੀ ਪੜ੍ਹ ਸਕਦੇ ਹੋ। ਆਪਣਾ ਪੰਜਾਬ media.com ਤੇ ਤੁਸੀਂ ਸਾਡਾ ਆਪਣਾ ਪੰਜਾਬ NRI TV ਵੀ ਦੇਖ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਵਧੇਰੀ ਜਾਣਕਾਰੀ ਦੇ ਲਈ ਤੁਸੀਂ ਸਾਡੀ ਈਮੇਲ ID ਤੇ ਲੌਗਇਨ ਕਰ ਸਕਦੇ ਹੋ। ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਹੈ 5169983222। ਸਾਡਾ ਵਟਸਐਪ ਨੰਬਰ ਹੈ 9294136789, 9815540000 ਅਤੇ 7009177729 ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਦਸਮ ਪਿਤਾ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਵਧਾਈ ਦਿੱਤੀ, ਇਸ ਦੇ ਨਾਲ ਉਹਨਾਂ ਸਿੱਖ ਕੌਮ ਨੂੰ ਭਰੋਸਾ ਵੀ ਦਵਾਇਆ ਕਿ 1984 ਸਿੱਖ ਕਤਲੇਆਮ ਦੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਵਾਈ ਜਾਵੇਗੀ ਅਤੇ ਪੀੜਤਾਂ ਨੂੰ ਇਨਸਾਫ਼ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਮੁੜ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦਵਾਏਗੀ ਅਤੇ ਪੀੜਤਾਂ ਨੂੰ ਇਨਸਾਫ ਮਿਲੇਗਾ। ਆਪਣੇ ਨਿਵਾਸ ਵਿਖੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਦੇ ਹੋਏ ਉੱਥੇ ਮੌਜੂਦ ਪ੍ਰਮੁੱਖ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦਸਮ ਪਿਤਾ ਦੀ ਮਨੁੱਖਤਾ ਦੀ ਬਿਨਾਂ ਕਿਸੇ ਸੁਆਰਥ ਤੋਂ ਕੀਤੀ ਸੇਵਾ ਭਾਵਨਾ, ਬਹਾਦਰੀ ਅਤੇ ਕੁਰਬਾਨੀ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਇਨਸਾਫ਼ ਦੇ ਘੇਰੇ ਚ ਲਿਆਉਣ ਲਈ ਕੰਮ ਕਰ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਹਰ ਗੁਰੂ ਸਾਹਿਬਾਨ ਨੇ ਸਾਨੂੰ ਨਿਆਂ ਨਾਲ ਖੜੇ ਹੋਣ ਦਾ ਸਬਕ ਦਿੱਤਾ ਹੈ। ਸਿੱਖ ਪੰਥ ਸੇ ਜੁੜੇ ਔਰ ਭਾਰਤੀਯ ਸੰਸਕ੍ਰਿਤੀ ਕੇ ਲਈ ਸਮਰਪਿਤ ਸਭੀ ਜਨੋ ਕੋ ਮੈਂ ਬਹੁਤ ਬਹੁਤ ਬਧਾਈ ਦੇਤਾ ਹੂੰ। ਸਾਥੀਓ, ਪਿਛਲਾ ਵਰਸ ਹਮਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ 350ਵੀਂ ਜਨਮ ਜਯੰਤੀ ਵਰਸ ਕੇ ਰੂਪ ਮੈਂ ਮਨਾਇਆ ਥਾ। ਸਿੱਖ ਪੰਥ ਕੇ ਇਸ ਮਹੱਤਵਪੂਰਨ ਅਵਸਰ ਕੋ ਔਰ ਯਾਦਗਾਰ ਬਣਾਉਣ ਕੇ ਲਈ ਕੇਂਦਰ ਸਰਕਾਰ ਕੀ ਤਰਫ ਸੇ ਮੁਝੇ ਇੱਕ 350 ਰੁਪਏ ਕਾ ਸਮ੍ਰਿਤੀ ਸਿੱਕਾ ਦੇਸ਼ਵਾਸੀਓ ਕੋ ਸਮਰਪਿਤ ਕਰਨੇ ਕਾ ਸੌਭਾਗਯ ਮਿਲਾ ਹੈ। ਵੈਸੇ ਤੋ ਗੁਰੂ ਗੋਬਿੰਦ ਸਿੰਘ ਜੀ ਕਾ ਸਿੱਕਾ ਹਮ ਲੋਗੋ ਕੇ ਦਿਲੋਂ ਪਰ ਸੈਂਕੜੋ ਸਾਲੋਂ ਸੇ ਚੱਲ ਰਹਾ ਹੈ ਔਰ ਆਗੇ ਵੀ ਕਈ ਸਾਲੋਂ 100 ਸਾਲੋਂ ਤੱਕ ਚੱਲਨੇ ਵਾਲਾ ਹੈ ਔਰ ਇਸ ਲਈ ਜਿਸ ਕਾ ਕ੍ਰਤਿਤਵ ਇੱਕ ਮੁੱਲ ਬਣ ਕੇ ਹਮਾਰੇ ਜੀਵਨ ਕੋ ਚਲਾਤਾ ਰਹਾ ਹੈ, ਹਮ ਲੋਗੋ ਕੋ ਪ੍ਰੇਰਣਾ ਦੇਤਾ ਰਹਾ ਹੈ, ਉਸਕੋ ਸਦੈਵ ਯਾਦ ਰੱਖਣੇ ਕਾ ਹਮ ਇੱਕ ਛੋਟਾ ਸਾ ਪ੍ਰਯਾਸ ਕਰ ਰਹੇ ਹੈ। ਯਹ ਉਨਕੇ ਪ੍ਰਤੀ ਆਦਰ ਏਵਮ ਸ਼ਰਧਾ ਵਿਅਕਤ ਕਰਨਾ ਕਾ ਇੱਕ ਛੋਟਾ ਸਾ ਪ੍ਰਯਾਸ ਭਰ ਹੈ ਔਰ ਇਸਕੇ ਲਈ ਹਮ ਸਭੀ ਇੱਕ ਸੰਤੋਸ਼ ਕੀ ਅਨੁਭੂਤੀ ਕਰਤੇ ਹੈ। ਸਾਥੀਓ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਵਿਅਕਤਿਤਵ ਮੈਂ ਅਨੇਕ ਵਿਧਾਓਂ ਕਾ ਸੰਗਮ ਥਾ।
गुरु नानक देव जी दे प्रकाश पुरब नूं मनाउण दे लई जिथे 2019 दे विच सारा साल समागम चलणगे इस दी शुरुआत अमरीका दे विच हो गई है। भाईचारे दे संदेशां नूं प्रचारित करन लई गुरु नानक देव जी दी 550वीं जयंती दे साल भर चलण वाले प्रोग्रामां दी अमरीका शुरुआत हुई। अमरीका च भारत दे नवे राजदूत हर्ष वी श्रृंगला ने दस्या कि भारतीय दूताकार अते वणज दूताकारां ने संगीत प्रोग्राम सैमिनार अते साल भर चलण वाले कई प्रोग्रामां समेत कई गतिविधियां दा कैलेंडर तैयार कीता है। साल 2019 सिख धर्म दे संस्थापक गुरु नानक देव जी दी 550वीं जयंती है, जिन्हां दा जन्म अस्थान पाकिस्तान दे ननकाणा साहिब विखे होया सी। प्रोग्रामा दौरान इस मौके ते जश्न मनाउण लई इकट्ठे लोकां नूं संबोधन कर रहे सन। श्रृंगला ने शनिवार नूं इस प्रोग्राम च लोकां नूं कहा कि गुरु नानक देव जी भारत दे महान दार्शनिक सिख्यांकां अते समाज सुधारकां चों इक हन। उन्हां कहा कि भारत सरकार विश्व दे वख वख देशां च प्रोग्रामां नूं आयोजित करन दी योजना बना रही है। अज दे बुलेटिन विच फिलहाल इन्ना ही हुंदे हो, आग्या सति श्री अकाल। तुसीं साडा हफ्तावारी अखबार अपना पंजाब रोजाना हुण पढ़ सकदे हो साडी वैबसाइट ते, जिसका नाम है apnapunjabmedia.com। इत्थे लॉगिन करके तुसी साडा अखबार पढ़ सकते हो ते साडे नाल टीवी दे माध्यम नाल भी जुड़ सकते हो। ते हुणे लॉगिन करो apnapunjabmedia.com। अपना पंजाब न्यूज़पेपर दे विच अते अपना पंजाब NRI TV ते ऐड देन लई सानू संपर्क करो। साडा USA दा फोन नंबर है 516-998-3222 ते साडा इंडिया दा फोन नंबर है 9815-40000।